ਵਾਸਤੇ ਪੀਆਰ ਹੀ ਤੁਹਾਡੇ ਵਾਸਤੇ ਬਹੁਤ ਵੱਡਾ ਇੱਕ ਮਕਾਮ ਹੋ ਗਿਆ ਵੀ ਹਾਂ ਅਸੀਂ ਪੀਆਰ ਲੈ ਲੀ ਖਾਨੀ ਕੀ ਦੇਗੀ ਪੀਆਰ ਤੋਂ ਤੁਹਾਡੂ ਵਾਰ ਪੈਨਸ਼ਨ ਲੱਗ ਜੰਦੀ ਤੁਹਾਡੀ ਵੀ ਤੁਸੀਂ ਪੀਆਰ ਲੈ ਲਈ ਹੁਣ ਤੁਹਾਨੂੰ ਸਰਕਾਰ ਪੈਨਸ਼ਨ ਦੇਊ ਮਹੀਨੇ ਦੀ ਮਹੀਨੇ ਤੁਹਾਡਾ ਆ ਪਤਾ ਹੈ ਆਏ ਨਹੀਂ ਹੁੰਦਾ ਹਾਂਜੀ ਅ ਅੱਜ ਨਾਲ ਥੋੜਾ ਜਿਹਾ ਕੁਝ ਯੋ ਰੂਡੀ ਗੱਲਾਂ ਕਰਨੀਆਂ ਨੇ ਜੋ ਮੈਨੂੰ ਲੱਗਦਾ ਵੀ ਥੋਡੇ ਤੱਕ ਪਹੁੰਚਣੇ ਵੀ ਰੂਡੀ ਨੇ ਤਾਂ ਗੱਲਾਂ ਕਰਨੀਆਂ ਵੀ ਰੂਡੀ ਨੇ ਸੋ ਗੱਲ ਮੈਂ ਸ਼ੁਰੂ ਕਰਦਾ ਗੱਲ ਤੋਂ ਮੇਰੇ ਨਾਲ ਕੰਮ ਤੇ ਬਾਈ ਆ ਆਪਣਾ ਤੇ ਉਹ ਦੱਸਦੇ ਸੀ ਮੈਨੂੰ ਵੀ ਉਹਨਾਂ ਦੇ ਕਿਤੇ ਲਹਾਜੀ ਹੋਣੇ ਉਹਨਾਂ ਦੇ ਗਾਹਾਂ ਜਵਾਕਰ ਰਿਸ਼ਤੇਦਾਰ ਹੋਣੇ ਹਨ ਆਏ ਹੋਏ ਠੀਕ ਹੈ ਸੁਣਦਾ ਕਾਹਨਾ ਕਿਸੇ ਦੀ ਨਾ ਹੋਰੀ ਤੇ ਉਹ ਕੀ ਕੀਤਾ ਜਵਾਕਾਂ ਨੇ ਮਨ ਬਣਾ ਲਿਆ ਵੀ ਹੁਣ ਡੌਂਕੀ ਲਾਉਣੀ ਆ ਕਿਉਂਕਿ ਕੈਨੇਡਾ ਦੇ ਵਿੱਚ ਰੂਡ ਹੋ ਗਏ ਸਖਤ ਵੀ ਹੁਣ ਡੌਂਕੀ ਲਾ ਕੇ ਸਾਡਾ ਪਣ ਜੂ ਤੇ ਉਮਰ ਜਵਾਕਾਂ ਦੀ 18 ਤੋਂ 22 ਸਾਲ ਦੇ ਵਿੱਚ ਵਿੱਚ ਉਹ ਸਭ ਤੋਂ ਵੱਡਾ 22 ਸਾਲ ਦਾ ਸੀ ਹਨ ਤੇ ਤੁਸੀਂ ਲਾਲੋ ਸਾਹਿਬ ਵੀ ਕਿੰਨਾ ਕੁ ਆਪਾਂ ਨੂੰ ਮਤਲਬ ਨੌਲੇਜ ਜਾਂ ਕੁਝ ਹੁੰਦਾ ਹੈ ਹਨ ਇਹ ਚੀਜ਼ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਚੀਜ਼ਾਂ ਚੱਲ ਬਹ ਰਹੀਆਂ ਨੇ ਅਮਰੀਕਾ ਮਤਲਬ ਕੈਨੇਡਾ ਤੋਂ ਅਮਰੀਕਾ ਡੌਂਕੀ ਨਹੀਂ ਹਨ ਤੇ ਗੱਲ ਆਈ ਹੈ ਵੀ ਜਿਹੜੀ ਇਹ ਉਮਰ ਹੁੰਦੀ ਹੈ ਨਾ 18 19 20 ਸਾਲ ਇਨਫਲੂਐਂਸ ਕਰਨਾ ਬਹੁਤ ਸੌਖਾ ਹੁੰਦਾ ਇਹਨਾਂ ਦੇ ਦਿਮਾਗ ਨਾਲ ਖੇਡਣਾ ਬਹੁਤ ਸੌਖਾ ਹੁੰਦਾ ਅਸੀਂ ਹੁਣ ਰੀਸੈਂਟਲੀ ਜਿਹੜੇ ਕੈਨੇਡਾ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਆਪਾਂ ਨੂੰ ਇੰਸਟਾਗ੍ਰam ਤੇ ਕਿੰਨੀ ਵੀਡੀਓ ਆਉਂਦੀਆਂ ਨੇ ਵੀ ਹਾਂਜੀ ਗੇਮ ਬਹੁਤ ਵਧੀਆ ਸੀਗੀ ਤੇ ਆਹ ਫਲਾਣੇ ਬਾਈ ਨੇ ਗੇਮ ਲਵਾਤੀ ਤੇ ਮੌਂਟਰੀਅਲ ਤੋਂ ਅਸੀਂ ਇੰਨੇ ਕ ਟਾਈਮ 'ਚ ਪਹੁੰਚ ਗਏ ਅਮਰੀਕਾ ਹਨਾ ਵੀ ਸਾਨੂੰ ਬਾਰਡਰ ਟਪਾ ਤਾ ਕਹਿੰਦਾ ਭਾਬੀ ਡੌਂਕੀ ਲਵਾਤੀ ਦੋ ਨੰਬਰ 'ਚ ਹੁਣ ਉਹ ਐਂ ਕਹਿੰਦਾ ਵੀ ਜਿਹੜਾ ਏਜੰਟ ਸੀਗਾ ਹਨਾ ਵੀ ਉਹਨੇ ਤਾਂ ਆਹ ਗੱਲ ਕਹੀ ਸੀ ਵੀ 5 ਤੋਂ 7 ਮਿੰਟ ਦਾ ਸੁਡਾ ਰਹਾ ਹੈ ਚਲੋ ਵੀ 15 ਮਿੰਟ ਲੱਗ ਜਾਣਗੇ ਹਨ ਵੀ ਤੁਹਾਨੂੰ ਐਨਾ ਕਹਿ ਸੁਹੀ ਜਾਓ ਤੇ ਅੱਗੇ ਤੁਹਾਨੂੰ ਐਂ ਕਰਕੇ ਫਲਾਣਾ ਬੰਦਾ ਮਿਲੂ ਤੇ ਇੱਥੇ ਤੁਸੀਂ ਪਹੁੰਚਣਾ ਪਰ ਜਦੋਂ ਤੁਰੇ ਜੰਗਲ ਦੇ ਵਿੱਚ ਹਨਾ ਤਾਂ ਰਾਹ ਐਨਾ ਨਹੀਂ ਸੀ 30 35 ਕਿਲੋਮੀਟਰ ਦਾ ਰਾਹ ਸੀ ਹੁਣ ਜੰਗਲ ਉੱਤੋਂ ਜਵਾਕ ਨਹੀਂ ਨਹੀਂ ਪਤਾ ਹੁੰਦਾ ਉਹ ਕਹਿੰਦੇ ਉਹਨਾਂ ਨੇ ਇੱਕ ਕੁੜੀਆ ਸੀਗੀ ਉਹ ਤੋਂ ਤੁਰਿਆ ਵੀ ਨਹੀਂ ਜਾ ਰਿਆ ਸੀ ਥੋੜਾ ਜਿਹਾ ਓਵਰ weight ਸੀਗੀ ਹਨਾ ਤੇ ਮਹਿਜ 19 ਸਾਲ ਦੀ ਉਮਰ ਸੀ ਕੁੜੀ ਦੀ ਹਨਾ ਉਹ ਡਾਂਕੀ ਲਾ ਰਹੀ ਸੀ ਨਾਲ ਤੇ ਉਹ ਚੱਲ ਕਿਸੇ ਹਿਸਾਬ ਨਾਲ ਉਹਨੂੰ ਮਤਲਬ ਨਾਲ ਲੈ ਕੇ ਗਏ ਆਪਦੇ ਹਨਾ ਖਿੱਚ ਧੂਕੇ ਮੂਹਰੇ ਕਹਿੰਦੇ ਇੱਕ ਖਾਈ ਵੀ ਸੀ ਉੱਥੇ ਗਰੇ ਵੀ ਸੱਟਾਂ ਫੇਟਾਂ ਵੀ ਲੱਗੀਆਂ ਉਹਨਾਂ ਦੀ ਹਨਾ ਮਤਲਬ ਉਸ ਤੋਂ ਬਾਅਦ ਜਦੋਂ ਉੱਥੇ ਤੋੜ ਤੇ ਪਹੁੰਚੇ ਹੈ ਨਹੀਂ ਏਜੰਟ ਦਾ ਉਹਨਾਂ ਦੇ ਰਿਸ਼ਤੇਦਾਰ ਨੂੰ ਆ ਜਾਂਦਾ ਫੋਨ ਵੀ ਸਾਨੂੰ ਰੈਂਦੇ ਪੈਸੇ ਦੇ ਦੋ ਹਨਾ ਉਹ ਕਹਿੰਦਾ ਵੀ ਜਵਾਕਤਾਂਲੇ ਪਹੁੰਚੇ ਹੈ ਨਹੀਂ ਸਾਨੂੰ ਪੈਸੇ ਕਾਹੇ ਦੇ ਦੀ ਕਹਿੰਦੇ ਜੇ ਨਹੀਂ ਮਤਲਬ ਦੇਓਗੇ ਪੈਸੇ ਤਾਂ ਅਸੀਂ ਰਸਤੇ ਜੋ ਕੁਸ਼ ਕਰਾ ਦਾਂਗੇ ਉਹਨਾਂ ਨਾਲ ਕੁੱਟਮਾਰ ਕਰਨਾਂਗੇ ਜਾਂ ਕੁਝ ਵੀ ਉਹ ਫਿਰ ਉਹ ਤਲਖੀ ਨਾਲ ਬੋਲਿਆ ਨੂੰ ਵੀ ਨਹੀਂ ਆਏ ਕਿਵੇਂ ਕਰਾ ਦਿਆਂ ਤੂੰ ਕਰਾ ਕੇ ਦਿਖਾਈ ਮਤਲਬ ਗੱਲ ਐ ਕਹਿਣੇ ਆ ਵੀ ਕਿਸੇ ਦੇ ਪਿੱਛੇ ਲੱਗ ਕੇ ਇਹ ਜਿਹਾ ਸਟੈਪ ਨਾ ਚੱਕੋ ਇੱਕਦਾਂ ਤੁਸੀਂ ਇੰਡੀਆ ਤੋਂ ਆਉਣਿਓ ਉਦੋਂ ਤੁਸੀਂ ਇੰਨਾ ਕਹਿਣੇ ਵੀ ਸਾਨੂੰ ਕੈਨੇਡਾ ਦਾ ਵੀਜ਼ਾ ਲੱਗ ਜੇ ਕੈਨੇਡਾ ਸੀ ਪਹੁੰਚ ਜੀਏ ਹਾਲਾਂਕਿ ਕੈਨੇਡਾ ਇਹ ਚੀਜ਼ ਕਰਦਾ ਵੀ ਪੜ੍ਹਾਈ ਤੋਂ ਬਾਅਦ ਜਦੋਂ ਵਰਕ ਪਰਮਿਟ ਆ ਜਾਂਦਾ ਹੈਗਾ ਉਸ ਤੋਂ ਬਾਅਦ ਜਦੋਂ ਤੁਸੀਂ ਯੂਐਸ ਦਾ ਵੀਜ਼ਾ ਲੈ ਸਕਦੇ ਹੋ ਪੜ੍ਹਾਈ ਦੇ ਵਿੱਚ ਵਿੱਚ ਵੀ ਲੈ ਸਕਦੇ ਹੋਣਾ ਹੁਣ ਤਾਂ ਬਹੁਤ ਚੀਜ਼ਾਂ ਨੇ ਡੇਟ ਪਹਿਲਾਂ ਮਿਲ ਜਾਂਦੀ ਹੈ ਮੋਡੀਫਾਈ ਹੋ ਜਾਂਦੀ ਹੈ ਨਾ ਤੁਸੀਂ ਇੱਕ ਨੰਬਰ 'ਚ ਵੀ ਯੂਐਸ ਜਾ ਸਕਦੇ ਹੋ ਤੁਹਾਨੂੰ ਦੋ ਨੰਬਰ ਦਾ ਸਾਰਾ ਲੈਣ ਦੀ ਲੋੜ ਹੈ ਨਹੀਂ ਤੇ ਚਲ ਕਹਿੰਦਾ ਕਰਦੇ ਕਰਾਉਂਦੇ ਮਸਾਂ ਉੱਥੇ ਪਹੁੰਚੇ ਕਾਲ ਆਈ ਉਹ ਤੋਂ ਬਾਅਦ ਪਤਾ ਨਹੀਂ ਕਿਥੇ ਗੁਰੂ ਘਰ ਦੇ ਵਿੱਚ ਹਨਾ ਉਹਨਾਂ ਨੇ ਲੰਗਰ ਵਗੈਰਾ ਸ਼ਕਿਆ ਭੁੱਖੇ ਪਾਣੀ ਸੀਗੇ ਹਨਾ ਤੇ ਮਤਲਬ ਬਹੁਤ ਅਖਾਈ ਕੱਟੀ ਕਹਿਣ ਦਾ ਭਾਬੀ ਉਮਰ ਹੈ ਨਹੀਂ ਤੇ ਹੁਣ ਜੇ ਮੇਰੇ ਮਨ ਦੇ ਵਿੱਚ ਨਾ ਸਭ ਤੋਂ ਵੱਡਾ ਸਵਾਲ ਸੀਗਾ ਅਸੀਂ ਪਹਿਲਾਂ ਵੀ ਡੌਂਕੀ ਤੇ ਵੀਡੀਓ ਬਣਾਈ ਸੀ ਵੀ ਜਦੋਂ ਕੈਨੇਡਾ ਆਉਣਿਆ ਕੈਨੇਡਾ ਆਪਾਂ ਪੜ੍ਹਾਈ ਵਿਸ਼ੇ ਤੇ ਆਉਣਿਆ ਹਨਾ ਉਰੇ ਆਪਾਂ ਕਹਿ ਦੰਨੇ ਹੈਗੇ ਵੀ ਹਾਂਜੀ ਵੀ ਅਸੀਂ ਪੜ੍ਹਾਈ ਕਰਨ ਆਏ ਆ ਤੇ ਪੜ੍ਹਾਈ ਕਰਕੇ ਵਰਕ ਪਰਮਿਟ ਲਵਾਵਾਂਗੇ ਆਪਾਂ ਇਹੋ ਜਿਹਾ ਕੁਝ ਨਹੀਂ ਕਹਿੰਦੇ ਵੀ ਸਾਨੂੰ ਪਿੱਛੇ ਸਾਡੀ ਕੰਟਰੀ ਦੇ ਵਿੱਚ ਖਤਰਾ ਹੈ ਵੀ ਸਾਨੂੰ ਖਤਰਾ ਮਹਿਸੂਸ ਹੋ ਰਿਹਾ ਹੈ ਨਾ ਇਹੋ ਜਿਹਾ ਕੁਝ ਨਹੀਂ ਕਹਿੰਦੇ ਹੁਣ ਜਦੋਂ ਤੁਸੀਂ ਇਕੋ ਲਖਤ ਕੈਨੇਡਾ ਤੋਂ ਅਮਰੀਕਾ ਜਾਂਦੇ ਹੋ ਕੀ ਕਹੋਗੇ ਉੱਥੇ ਕਿਹੜੀ ਚੀਜ਼ ਤੋਂ ਤੁਹਾਨੂੰ ਖਤਰਾ ਹੈ ਹੁਣ ਮੇਰੇ ਸਾਹਮਣੇ ਇਹ ਚੀਜ਼ਾਂ ਕਲੀਅਰ ਹੋਈਆਂ ਨੇ ਸਭ ਤੋਂ ਵੱਡਾ ਇਹ ਚੀਜ਼ ਲਿਖਾਈ ਜਾ ਰਹੀ ਹੈ ਐਲਜੀਬੀਟੀਕਿਊ ਬੰਦਾ ਕਹਿੰਦਾ ਮੈਨੂੰ ਬੰਦੇ ਨਾਲ ਮਤਲਬ ਗੇ ਟਾਈਪ ਵੀ ਮੈਂ ਬੰਦੇ ਨਾਲ ਆ ਤੇ ਕੁੜੀ ਕਹਿੰਦੇ ਕੁੜੀ ਨਾਲ ਲੈਸਬੀਅਨ ਹਨ ਆ ਚੀਜ਼ਾਂ ਦਾ ਆ ਚੀਜ਼ਾਂ ਦਾ ਖਤਰਾ ਹੋ ਰਿਹਾ ਇਹਨਾਂ ਨੂੰ ਵੀ ਆ ਚੀਜ਼ਾਂ ਕਰਕੇ ਕਿ ਵੀ ਸਾਨੂੰ ਇੰਡੀਆ ਚ ਖਤਰਾ ਹੈ ਵੀ ਜੇ ਅਸੀਂ ਉੱਥੇ ਕਹਾਂਗੇ ਹਾਲਾਂਕਿ ਉਹ ਹੁੰਦੇ ਹੈ ਨਹੀਂ ਉਹਨਾਂ ਨੇ ਆ ਚੀਜ਼ ਤਾਂ ਕੀਤੀ ਆ ਰਹੀ ਹੈ ਵੀ ਸਾਨੂੰ ਅਸਾਈਲਮ ਮਿਲ ਜੇ ਤੇ ਅਸਾਈਲਮ ਬੇਸ ਤੇ ਸਾਨੂੰ ਪੀਆਰ ਅੱਗੇ ਕੋਈ ਵੀ ਚੀਜ਼ ਆ ਉਹ ਸੌਖੀ ਮਿਲ ਜੇ ਇਹੀ ਬੇਸ ਤੇ ਕੈਨੇਡਾ ਦੇ ਵਿੱਚ ਵੀ ਰਿਫਿਊਜੀ ਕਲੇਮ ਕੀਤੇ ਜਾ ਰਹੇ ਨੇਗੇ ਹੁਣ ਤੁਸੀਂ ਲਾਓ ਸਾਹਿਬ ਯਾਰ ਤੁਸੀਂ ਕੀ ਜਮੀਰਾ ਰਹੀਆਂ ਸੋਡੀਆਂ ਹਨ ਕੀ ਤੁਸੀਂ ਆ ਉੱਤੇ ਜਵਾਬਾਂ ਨੂੰ ਦੱਸੋਗੇ ਵੀ ਅਸੀਂ ਕਿਹੜੀ ਕਾਮਚਾਉਂਦੇ ਆ ਵੀ ਅਸੀਂ ਐਡੀ ਲਾਲਚੀ ਕਾਮਚਾਉਂਦੇ ਆ ਵੀ ਹਾਂ ਅਸੀਂ ਥੋੜੇ ਜਿਹਾ ਇੱਕ ਪੀਆਰ ਪਿਛੇ ਆਪਦੇ ਕੀ ਕਹਿੰਦੇ ਨੇ ਕਿ ਨਸਲ ਦਾ ਹੀ ਕਾਹਨ ਕਰਤਾ ਵੀ ਅਸੀਂ ਇੰਹੀਂ ਦੱਸਤਾ ਵੀ ਹਾਂ ਸਾਡੀ ਤਾਂ ਨਸਲ ਹੈ ਹੀ ਨਹੀਂ ਇਹ ਵੀ ਅਸੀਂ ਬੰਦੇ ਹੈ ਹੀ ਨਹੀਂ ਤੁਸੀਂ ਇਹ ਚੀਜ਼ ਉਹ ਕਰਦੇ ਹੋ ਉਸ ਤੋਂ ਬਾਅਦ ਜੇ ਤੁਸੀਂ ਵਿਆਹ ਕਰਾਉਣਾ ਹੋਇਆ ਠੀਕ ਹੈ ਤੁਸੀਂ ਹੁੰਦੇ ਹੈ ਨਹੀਂ ਤੁਹਾਨੂੰ ਪੀਆਰ ਮਿਲ ਗਈ ਉਸ ਵਿਸ਼ੇ ਤੇ ਕੱਲ ਨੂੰ ਵਿਆਹ ਕਰਾ ਕੇ ਆਪਦੇ ਘਰ ਆਈ ਨੂੰ ਕਿਵੇਂ ਉਰੇ ਲੈ ਕੇ ਆਓਗੇ ਜਾਂ ਉਰੇ ਕਿਹੜੇ ਹਿਸਾਬ ਨਾਲ ਤੁਸੀਂ ਆਪਦਾ ਵਯਰ ਰਜਿਸਟਰ ਕਰਾ ਸਕੋਗੇ ਕੱਲ ਨੂੰ ਕਿਵੇਂ ਆਪਦਾ ਜਵਾਕ ਜਮੋਗੇ ਉਹਦਾ ਕਹਿਣਗੇ ਵੀ ਤੁਸੀਂ ਤਾਂ ਆਹ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਤੁਸੀਂ ਜਵਾਕ ਕਿਹੜੇ ਹਿਸਾਬ ਨਾਲ ਉਹ ਕਰੋਗੇ ਹਨਾ ਇਹੀ ਚੀਜ਼ ਕੁੜੀਆਂ ਤੇ ਲਾਗੂ ਹੁੰਦੀ ਹੈ ਮਤਲਬ ਤੁਸੀਂ ਯਾਰ ਇੰਨੇ ਗਿਰਗੇ ਵੀ ਹਾਂ ਤੂੰ ਥੋੜੀ ਮਤਲਬ ਸਿਰਫ ਇੱਕ ਪੀਆਰ ਪਿੱਛੇ ਤੁਸੀਂ ਜਮੀ ਆਪਦਾ ਜਮੀਰ ਇਹ ਗੜਬੀ ਰੱਖ ਤੈਣਾਗੇ ਮਤਲਬ ਇਹ ਚੀਜ਼ਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਹੁਣ ਨਾ ਮੰਨਿਆ ਯਾਰ ਕੈਨੇਡਾ ਨੇ ਸਖਤ ਕਰਤੇ ਕਾਨੂੰਨ ਉਹ ਕਰਤੇ ਸਾਬਾਸਤੇ ਕੀਤਾ ਨਹੀਂ ਛੋੜੇ ਕੰਦਿਆਂ ਵਾਸਤੇ ਨਹੀਂ ਕੀਤਾ ਜਿਹੜੇ ਉਹ ਧਰਮੀਆਂ ਤੇ ਬੈਠੇ ਨੇ ਨਾ ਉਹ ਵੀ ਕਿਸੇ ਗੱਲੋਂ ਬੈਠੇ ਨੇ ਉਹ ਕਾਨੂੰਨ ਨੂੰ ਤਾਂ ਉਹ ਵੀ ਕਹਿ ਸਕਦੇ ਨੇ ਵੀ ਹਾਂ ਜੀ ਅਸੀਂ ਤਾਂ ਆ ਚੀਜ਼ਾਂ ਵੀ ਸਾਨੂੰ ਤਾਂ ਸਰਕਾਰ ਉਹ ਦੇ ਦੇ ਬੈਨੀਫਿਟ ਦੇਵੇ ਸਰਕਾਰ ਦੇ ਇਹ ਵੀ ਦੇਊਗੀ ਕਿਉਂਕਿ ਇਹ ਤਾਂ ਇਹ ਚੀਜ਼ ਨੂੰ ਪੜਾਵਾ ਦਿੱਤਾ ਜਾ ਰਿਹਾ ਕੈਨੇਡਾ ਅਮਰੀਕਾ ਚ ਦਾ ਕੈਨੇਡਾ ਮਤਲਬ ਜਿਹੜੀਆਂ ਹੈ ਵੈਸਟਰਨ ਕੰਟਰੀਜ਼ ਨੇ ਸਭ ਤੋਂ ਵੱਧ ਪੜਾਅ ਵਾਇ ਦੇ ਰਹੀਆਂ ਨੇਗੀਆਂ ਇਹ ਕਲਚਰ ਨੂੰ ਹਾਲਾਂਕਿ ਟਰੰਪ ਜਿਹੜਾ ਇਲੈਕਸ਼ਨ ਲੜ ਰਿਹਾ ਹੈਗਾ ਨਾ ਅਮਰੀਕਾ ਤੋਂ ਪ੍ਰੈਜ਼ੀਡੈਂਟ ਦੀ ਉਹ ਕਹਿੰਦਾ ਹੈ ਕਿ ਨਾ ਦੋ ਜੈਂਡਰ ਨੇ ਇੱਕ ਮੇਲ ਇੱਕ ਫੀਮੇਲ ਆ ਤੀਜਾ ਕੋਈ ਜੈਂਡਰ ਨਹੀਂ ਹੈਗਾ ਗੱਲ ਉਹਦੀ ਬਿਲਕੁਲ ਠੀਕ ਆ ਆਪਾਂ ਵੀ ਇਹ ਕਹਨੇ ਆ ਵੀ ਹੋਰ ਕੋਈ ਜੈਂਡਰ ਹੁੰਦਾ ਨਹੀਂ ਹੈਗਾ ਬਟ ਆ ਚੀਜ਼ਾਂ ੱੱਕੇ ਨਾਲ ਘੋਲੀਆਂ ਜਾ ਰਹੀਆਂ ਨੇਗੀਆਂ ਕਿਉਂ ਘੋਲੀਆਂ ਜਾ ਰਹੀਆਂ ਨੇਗੀਆਂ ਕਿਉਂ ਇਹੋ ਜੇ ਬਣ ਬਣ ਨਿਕਲ ਰਹੇ ਨੇ ਆਪਾਂ ਰੀਲਾਂ ਦੇਖ ਲਓ ਸਭ ਤੋਂ ਵੱਧ ਮੈਨੂੰ ਐ ਲੱਗਦਾ ਰੀਲਾਂ ਇਹਨਾਂ ਦੀਆਂ ਸ਼ੇਅਰ ਹੁੰਦੀਆਂ ਨੇਗੀਆਂ ਇਹਨਾਂ ਨੂੰ ਕਾਲੀਆਂ ਚ ਬੁਲਾ ਕੇ ਸਨਮਾਨਿਤ ਕੀਤਾ ਜਾ ਰਿਹਾ ਤੁਸੀਂ ਬੜਾਵਾ ਦੇ ਰਹੇ ਹੋ ਇਹ ਚੀਜ਼ ਨੂੰ ਮਤਲਬ ਜਦੋਂ ਤੁਸੀਂ ਹੈ ਹੀ ਨਹੀਂ ਤੁਸੀਂ ਕਿਉਂ ਕਲੇਮ ਕਰ ਰਹੇ ਹੋ ਵੀ ਹਾਂ ਸਿਰਫ ਪੀਆਰ ਸਟੇਟਸ ਵਾਸਤੇ ਪੀਆਰ ਹੀ ਤੁਹਾਡੇ ਵਾਸਤੇ ਬਹੁਤ ਵੱਡਾ ਇੱਕ ਮਕਾਮ ਹੋ ਗਿਆ ਵੀ ਹਾਂ ਅਸੀਂ ਪੀਆਰ ਲੈ ਲੀਖਾਨੀ ਕੀ ਦੇਗੀ ਪੀਆਰ ਤੋਂ ਥੋੜੂ ਬਾਅਦ ਪੈਨਸ਼ਨ ਲੱ ਵੀ ਤੁਸੀਂ ਪੀਆਰ ਲੈ ਲਈ ਹੁਣ ਤੁਹਾਨੂੰ ਸਰਕਾਰ ਪੈਨਸ਼ਨ ਦੇਊ ਮਹੀਨੇ ਦੀ ਮਹੀਨੇ ਸੋਡਾ ਆ ਪੱਤਾ ਐ ਨਹੀਂ ਹੁੰਦਾ ਐ ਸਰਕਾਰ ਤੁਹਾਨੂੰ ਕੋਈ ਬੈਨੀਫਿਟ ਨਹੀਂ ਦਿੰਦੀ ਨਾ ਕੋਈ ਪੀਆਰ ਦਾ ਬੈਨੀਫਿਟ ਹੁੰਦਾ ਸੂਹੀ ਸਰਫਿਕ ਆਹ ਕੰਟਰੀ ਦੇ ਵਿੱਚ ਰਹਿ ਸਕਦੇ ਹੋ ਰਹਿਣ ਪਿੱਛੇ ਸੋਡਾ ਯਾਰ ਇੰਨਾ ਲਾਲਚ ਐ ਤੂੰ ਤਾਂ ਬਈ ਵਾਪਸੇ ਮੁੜ ਜਾਓ ਘੱਟ ਖਾ ਲੋ ਪਰ ਆਪਦਾ ਇੱਜ਼ਤ ਦੀ ਖਾਓ ਰੋਟੀ ਇਹ ਚੀਜ਼ ਆ ਬਹੁਤ ਹੋ ਰਹੀਆਂ ਨੇ ਹੁਣ ਮਤਲਬ ਹੁਣ ਤਾਂ ਜ਼ਿਆਦਾ ਵਧ ਗਈਆਂ ਜਦੋਂ ਦੀ ਇਹਨੇ ਸਖਤਾਈ ਕੀਤੀ ਆ ਹੁਣ ਆਪਣੇ ਪੰਜਾਬੀਆਂ ਦੇ ਅਸਲੀ ਰੰਗ ਸਾਹਮਣੇ ਆਉਣ ਲੱਗੇ ਆਪਾਂ ਪਹਿਲਾਂ ਕਹਿੰਦੇ ਸੀ ਵੀ ਹਾਂ ਆਪਦੀ ਹੀ ਹਨਾ ਭੈਣ ਨਾਲ ਵਿਆਹ ਕਰਾ ਕੇ ਔਰੇ ਪੁਰਾਣੇ ਪੰਜਾਬੀ ਔਰੇ ਆਏ ਨੇ ਆਏ ਵੀ ਨੇ ਕੋਈ ਸ਼ੱਕ ਨਹੀਂ ਤੇ ਆਪਾਂ ਕੀ ਕਰ ਰਹੇ ਆ ਇੱਕ ਪਾਸੇ ਤਾਂ ਆਪਾਂ ਐਗਜ਼ਾਮਪਲ ਦੰਦੇ ਆ ਵੀ ਉਹ ਐਵੇਂ ਆਏ ਨੇ ਅਸੀਂ ਆਵਦੇ ਦਮ ਤੇ ਆਏ ਆ ਅਸੀਂ ਪੜ੍ਹਾਈ ਲੈ ਕੇ ਆਏ ਆ ਉਹ ਚੀਜ਼ ਕੀਤੀ ਆ ਸਾਨੂੰ ਸਰਕਾਰ ਨੇ ਚਲੋ ਥੋੜੀ ਜਿਹੀ ਖੁੱਲ੍ਹ ਦਿੱਤੀ ਅਸੀਂ ਓਮੇ ਆਏ ਆ ਹਨਾ ਇੱਕ ਪਾਸੇ ਅਸੀਂ ਉਹੀ ਚੀਜ਼ ਨੂੰ ਫੇਰ ਰਿਪੀਟ ਕਰ ਰਹੇ ਆ ਆਪ ਦਾ ਜੈਂਡਰੇ ਤਬਦੀਲ ਕੀਤਾ ਜਾ ਰਿਹਾ ਹੈ ਕਾਦੇ ਵਾਸਤੇ ਸਿਰਫ ਇੱਕ ਬਸ ਇੱਕ ਸਟੇਟਸ ਵਾਸਤੇ ਸਟੇਟਸ ਸਿੰਬਲ ਵੀ ਸਾਨੂੰ ਆਹ ਸਟੇਟਸ ਚਾਹੀਦਾਗਾ ਨਹੀਂ ਇਹ ਬਹੁਤ ਗਲਤ ਪਾਸੇ ਜਾ ਰਹੇ ਆਪਣਾ ਸਮਾਜ ਐਦਾਂ ਨਹੀਂ ਹੁੰਦਾਗਾ ਤੁਸੀਂ ਇਹ ਚੀਜ਼ ਕਰਕੇ ਨਾ ਧਰਨ ਵਾਲਿਆਂ ਨੂੰ ਵੀ ਢਾਹ ਲਾ ਰਹੇ ਆ ਤੇ ਦੂਜੀ ਗੱਲ ਤਾਂ ਤੀਜੀ ਗੱਲ ਕਰਨੀ ਆਪਾਂ ਇਹਨਾਂ ਤੇ ਆ ਜਿਹੜੇ ਹੁੱਲੜਬਾਜੀ ਕਰਦੇ ਨੇ ਹੁਣ ਪਿੱਛੇ ਪਰसों ਦੀ ਉਹ ਗੱਲ ਹੈ ਠੀਕ ਹੈ ਇੱਕ ਪਾਸੇ ਤਾਂ ਯਾਰ ਹੋ ਕੇ ਬੈਠੇ ਨੇ ਇੰਨੇ ਟਾਈਮ ਦੇ ਇੱਕ ਉਹ ਬਾਈ ਦੀ ਇਮੋਸ਼ਨਲ ਸਪੀਚ ਬੜੀ ਵਾਇਰਲ ਹੋਈ ਸੀ ਹੈਨਾ ਤੇ ਉਹ ਕਹਿੰਦਾ ਵੀ ਅਸੀਂ ਹਰ ਰਿਸ਼ਤੇਦਾਰ ਵੀ ਛੱਡੇ ਹਨ ਘਰ-ਬਾਰ ਵੀ ਛੱਡੇ ਭੋਗ ਵੀ ਛੱਡੇ ਆਪਦਿਆਂ ਦੇ ਕੀ ਕੁਝ ਛੱਡਿਆ ਹੈਗਾ ਨਾ ਪੱਕੇ ਤਾਂ ਸੀ ਉਦੋਂ ਹੀ ਹੋਗੇ ਤੇ ਇੱਕ ਪਾਸੇ ਤਾਂ ਉਹ ਨਹੀਂ ਜਿਹੜੇ ਬੈਠੇ ਨੇ ਉਤੋਂ ਤੁਸੀਂ ਉੱਥੀ ਹਨ ਚੀਕਾਂ ਕਢਾ ਕੇ ਗੱਡੀਆਂ ਦੀਆਂ ਤੁਸੀਂ ਉਥੇ ਸਾਬਤ ਕੀ ਕਰ ਰਹੇ ਹੋ ਯਾਰ ਕਦੇ ਗੱਡੀਆਂ 'ਚੋਂ ਬਾਹਰ ਨਿਕਲ ਕੇ ਉੱਥੇ ਹਾਰਨ ਮਤਲਬ ਠੀਕ ਹੈ ਇੱਕ ਰੋਸ ਕਰਨ ਦਾ ਇੱਕ ਤਰੀਕਾ ਹੁੰਦਾ ਪਰ ਇਹ ਤਾਂ ਕੋਈ ਤਰੀਕਾ ਨਹੀਂ ਨਾ ਹੋਇਆ ਇਹ ਤਾਂ ਥੋੜੋ ਆਪਾਂ ਕਹਿੰਦੇ ਵੀ ਔਰੇ ਹੇਟ ਵਧ ਗਈ ਇਹ ਤਾਂ ਹੇਟ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਇਹ ਆਉਣ ਵਾਲੇ ਟਾਈਮ 'ਚ ਹੇਟ ਹੋਰ ਵਧੂਗੀ ਇਹ ਤਾਂ ਵਧਾਵਾ ਦੇ ਰਹੇ ਆ ਆਪਾਂ ਆਪਾਂ ਹੇਟ ਨੂੰ ਰੋਕ ਤੋੜੂ ਲਾ ਰਹਿਆਂਗੇ ਇਹ ਤਾਂ ਵਧਾਵਾ ਦੇ ਤੇਰੇਆਂ ਬਹੁਤ ਵੱਡਾ ਲੈਵਲ ਤੇ ਉਹ ਵੀ ਕੱਲ ਨੂੰ ਕੋਈ 1921 ਹੁੰਦੀ ਔਰ ਇਹ ਕੁਛ ਉਹ ਕਰਦਾ ਆਪਾਂ ਕਹਿੰਦੇ ਆ ਵੀ ਹੇਟ ਕਰਕੇ ਹੋਇਆ ਇਹ ਸਾਡੇ ਖਿਲਾਫ ਐਨੀ ਨਫ਼ਰਤ ਕਿਉਂ ਕਿਉਂਕਿ ਨਫ਼ਰਤ ਨੂੰ ਆਪਾਂ ਵਧਾਵਾ ਦੇ ਰਹੇ ਆ ਆਪਾਂ ਨਫ਼ਰਤ ਨੂੰ ਆਪ ਬੁਲਾ ਰਹਿਆਂਗੇ ਵੀ ਸਾਨੂੰ ਕਰੋ ਨਫ਼ਰਤ ਵੀ ਅਸੀਂ ਇਹ ਕੰਮ ਕਰਦੇ ਆਂਗੇ ਔਰੇ ਹੁਣ ਤੇ ਇਹ 2% ਹੀ ਨੇ ਪਰ ਨੁਕਸਾਨ ਇਹ ਵੱਡਿਆਂ ਦਾ ਕਰ ਜਾਂਦੇ ਨਹੀਂਗੇ ਦੂਜਿਆਂ ਦਾ ਕਰ ਜਾਂਦੇ ਨੇ ਇਹ ਯਾਰ ਮਤਲਬ ਕਿਹੜੀ ਰਫੋ ਕੀ ਬੱਲੇ ਬੱਲੇ ਪਿੱਛੇ ਪਏ ਆ ਆਪਾਂ ਲੋਨ ਤੇ ਗੱਡੀਆਂ ਨੇ ਕੋਈ ਸਾਲੀਆਂ ਆਪਦੀਆਂ ਗੱਡੀਆਂ ਨੇ ਉਹ ਤੇ ਉਹਦੇ ਵੀ ਆਪਾਂ ਪ੍ਰਾਉਡ ਮਹਿਸੂਸ ਕਰਦੇ ਨਹੀਂ ਜੀ ਅਸੀਂ ਲੈ ਸਕਦੇ ਸਾਡਾ ਸ਼ੌਂਕ ਆ ਸ਼ੌਂਕ ਹੁੰਦਾ ਸ਼ੌਂਕ ਹੁੰਦਾ ਗੱਡੀ ਠੀਕ ਹੈ ਤੁਸੀਂ ਜਿਹੜੀ ਅੰਗੇੜੀ ਲਾਓ ਠੀਕ ਹੈ ਪਰ ਇੱਕ ਸਹਜ ਤਰੀਕੇ ਨਾਲ ਹੁੰਦੀ ਹੈ ਹਰ ਇੱਕ ਚੀਜ਼ ਆਏ ਥੋੜੀ ਵੀ ਤੁਸੀਂ ਗੱਡੀ ਕੁੜੀਆਂ ਛੇੜਨ ਵਾਸਤੇ ਹੀ ਲਈ ਹੈ ਯਾਰ ਉਹ ਚੀਜ਼ ਲਈ ਹੈ ਨਾ ਤੁਸੀਂ ਸਾਬਤ ਕੀ ਕਰ ਰਹੇ ਹੋ ਤੁਸੀਂ ਕੈਂਟ ਨਹੀਂ ਲੱਗਦੇ ਪਹਿਲਾਂ ਵੀ ਵੀਡੀਓ ਚ ਕਿਹਾ ਤੁਸੀਂ ਬੇਵਕੂਫੀ ਹੀ ਲੱਗਦੇ ਹੋ ਇਹ ਚੀਜ਼ ਕਰਕੇ ਇਹ ਯਾਰ ਮਤਲਬ ਮੈਨੂੰ ਸਮਝ ਨਹੀਂ ਆ ਰਿਹਾ ਆਪਣੇ ਜਾ ਕੇ ਇੱਧਰ ਰਿਹਾ ਝੁਕਾ ਕਿੱਧਰ ਜਾ ਰਹੇ ਹੋ ਆਪਣੀ ਨਸਲਾਂ ਦਾ ਆਪਣੀ ਕੌਮ ਦਾ ਇਹ ਬਾਅੋ ਗੱਲ ਤੋੜਿਆ ਜੋ ਹੋ ਰਿਹਾ ਹੈਗਾ ਤੇ ਮੈਂ ਇੰਡੀਆ ਬੈਠੇ ਪੇਰੈਂਟਸ ਨੂੰ ਵੀ ਕਹਿਣਾ ਯਾਰ ਤੁਸੀਂ ਪੀਆਰ ਨੂੰ ਬਾਲਾ ਵੱਡਾ ਹੋਣਾ ਬਣਾਓ ਪੀਆਰ ਕੋਈ ਬਾਲੀ ਵੱਡੀ ਚੀਜ਼ ਨਹੀਂ ਹੈਗੀ ਪਰ ਆਪਦੇ ਜਵਾਕਾਂ ਨੂੰ ਆ ਚੀਜ਼ ਕਿਹਾ ਵੀ ਕੋਈ ਗਲਤ ਫੈਸਲਾ ਨਹੀਂ ਲੈਣਾ ਕੋਈ ਗਲਤ ਸਟੈਪ ਨਹੀਂ ਚੱਕਣਾ ਕਿਸੇ ਪਿੱਛੇ ਲੱਗ ਕੇ ਇਹ ਤਾਂ ਹੀ ਏਜੰਟ ਨੇ ਜਿਹੜੇ ਡੰਕੀ ਲਵਾਉਂਦੇ ਨੇ ਹਾਂਜੀ ਫਲਾਣੇ ਦੀ ਗੇਮ ਬਹੁਤ ਵਧੀਆ ਬਾਈ ਨੂੰ ਸੰਪਰਕ ਕਰੋ ਬਾਈ ਸਹੀ ਕਰ ਤਾ ਸਾਰਾ ਕੁਝ ਬਾਈ ਐਨੇ ਟਾਈਮ ਚ ਉੱਥੇ ਪਹੁੰਚਾ ਦਿੰਦਾ ਬਾਈਆਂ ਦਾ ਕੰਮ ਹੈ ਯਾਰ ਪਹੁੰਚਾਉਣਾ ਠੀਕ ਹੈ ਤੁਸੀਂ ਬਾਈਆਂ ਦੇ ਮਗਰ ਇਨਫਲੂਐਂਸ ਕਿਉਂ ਹੁੰਨੇ ਹੋ ਵੀ ਹਾਂ ਅਮਰੀਕਾ ਅਮਰੀਕਾ ਤੋਂ ਬੈਠੇ ਨੂੰ ਡਾਲਰ ਦੇ ਦੂਗਾ ਪਹਿਲਾਂ ਉਸੇ 3-4 ਸਾਲ ਉਰੇ ਲਾ ਲਏ ਹੁੰਦੇ ਨੇ ਕੈਨੇਡਾ ਹਨ ਉਦੋਂ ਬਾਅਦ ਤੁਸੀਂ ਉੱਥੇ ਰਿਫਿਊਜੀ ਕਲੇਮ ਕਰਦੇ ਹੋ ਅਮਰੀਕਾ ਜਾ ਕੇ ਹਨ ਤੇ ਜਾਣੇ ਵੀ ਕੀ ਉਹ ਉੱਥੇ ਤੁਸੀਂ ਕਹੋਗੇ ਵੀ ਸਾਨੂੰ ਕਿਹੜੀ ਚੀਜ਼ ਦਾ ਹੁਣ ਖਤਰਾ ਆ ਗਿਆ ਹਨਾ ਉੱਥੇ ਤੇ ਚਲੋ ਤੁਹਾਨੂੰ ਰਿਫਿਊਜੀ ਦੇ ਵੀ ਦਿੱਤਾ 5-7 ਸਾਲ ਤੁਸੀਂ ਨਾ ਤਾਂ ਇੰਡੀਆ ਜਾਣ ਜੋਗੇ ਨਾ ਉਰੇ ਮੁੜ ਕੇ ਆਉਣ ਜੋਗੇ ਉੱਥੇ ਦੇ ਉੱਥੇ ਹੀ ਰਹਿ ਜਾਓਗੇ ਯਾਰ ਕੀ ਤੁਹਾਡੀ ਜ਼ਿੰਦਗੀ ਰਹੂਗੀ ਕਿਹੜੀ ਉਮਰ ਰਹੇਗੀ ਤੁਹਾਡੀ 30-35 ਸਾਲ ਦੇ ਹੋ ਜਾਓਗੇ ਆਪਣੇ ਪਰਿਵਾਰ ਤੋਂ ਕਿੰਨਾ ਦੂਰ ਰਹੋਗੇ ਕਦੇ ਸੋਚਿਆ ਨੇ ਇਹ ਚੀਜ਼ਾਂ ਵੀ ਤੁਸੀਂ ਇੱਕ ਨਿੱਕਾ ਜਿਹਾ ਸਟੈਪ ਚੱਕ ਲੈਣੇ ਹੁਣ ਕੱਲ ਨੂੰ ਗੱਲ ਸੁਣੋ ਉੱ ਚਾਂਸਸ ਹੈਗੇ ਨਹੀਂ ਵੀ 트럼ਪ ਜਿੱਤੂਗਾ ਜੇ ਉੱਥੇ 트럼ਪ ਆ ਗਿਆ ਠੀਕ ਹੈ ਉਹਨੇ ਸਭ ਤੋਂ ਪਹਿਲਾਂ ਸਾਨੂੰ ਰਿਪੋਰਟ ਕਰਨਾ ਹੈਗਾ ਇੱਕ ਪਾਸੇ ਤਾਂ ਤੁਸੀਂ ਉੱਥੇ ਹੋ ਜਾਣੇ ਉਹਦੋਂ ਬਾਅਦ ਰਿਪੋਰਟ ਕਰੂਗਾ ਉਹ ਮਤਲਬ ਨੁਕਸਾਨ ਕਿਹਦਾ ਹੈ ਸੰਸਾਧਨਾਂ ਦਾ ਨੁਕਸਾਨ ਹੈ ਪੈਸੇ ਦਾ ਨੁਕਸਾਨ ਹੈ ਹਰ ਇੱਕ ਚੀਜ਼ ਦਾ ਨੁਕਸਾਨ ਹੈ ਥੋੜੇ ਨਾਲ ਸੋਗਣਾ ਚੁੰਗੇ ਨੇ ਕਿ ਇੰਡੀਆ ਤੋਂ ਡਾਂਕੀ ਲਾ ਕੇ ਆ ਜਾਂਦੇ ਨੇਗੇ ਉਹ ਆਉਂਦੇ ਨੇ ਮਕਸਦ ਲੈ ਕੇ ਤੁਰਦੇ ਨੇ ਵੀ ਹਾਂ ਸੀ ਅਮਰੀਕਾ ਪਹੁੰਚਣਾ ਆ ਹੀ ਨਹੀਂ ਨਾ ਕਰਦੇ ਵੀ ਹਾਂ ਉਹਰੇ ਕੈਨੇਡਾ ਤੋਂ ਅਮਰੀਕਾ ਡਾਂਕੀ ਲਾ ਕੇ ਤੇ ਉੱਥੇ ਰਿਫਿਊਜੀ ਕਲੇਮ ਕਰਤਾ ਜੀ ਅਸੀਂ ਆਹ ਕੈਟਾਗਰੀ ਨੂੰ ਬਿਲੋਂਗ ਕਰਦੇ ਸੋ ਮੈਂ ਤਾਂ ਇਹੀ ਕਹਿਣਾ ਵੀ ਥੋੜਾ ਜਿਆ ਸੋਚੋ ਵਿਚਾਰੋ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ ਕੋਈ ਸੌਰੀ ਨਹੀਂ ਯਾਰ ਨਾ ਇਹ ਚੀਜ਼ਾਂ ਜ਼ਰੂਰੀ ਨਹੀਂ ਗੱਲ ਕਰਨ ਦੀ ਹਨ ਤੇ ਬੁਰੀ ਲੱਗੇ ਚਾਹੇ ਚੰਗੀ ਲੱਗੇ ਗੱਲ ਹੈ ਤਾਂ ਸੱਚ ਆ ਇਹਦੇ ਵਿੱਚ ਬੜਾ ਬਣਨ ਦੀ ਲੋੜ ਨਹੀਂ ਹੈਗੀ ਥੋੜਾ ਜਿਆ ਆਪਦਾ ਧਿਆਨ ਰੱਖੋ ਯਾਰ ਆਪਣੀਆਂ ਨਸਲਾਂ ਨੂੰ ਜ਼ਰੂਰ ਉਹ ਕਰੋ ਜੋ ਤੁਸੀਂ ਹੈਗੇ ਹੋ ਆਪਦੀ ਕੋਈ ਵੀ ਆ ਸੋਡੀ ਆਇਡੈਂਟੀਟੀ ਨੂੰ ਚੇਂਜ ਨਾ ਕਰੋ ਜੇ ਮੇਲੋਂ ਦਾ ਮੇਲੋਂ ਇਹ ਫੀਮੇਲੋਂ ਤੋਂ ਫੀਮੇਲੋਂ ਤੁਸੀਂ ਤੁਸੀਂ ਕੋਈ ਹੋਰ ਥਰਡ ਜੈਂਟਰ ਨੂੰ ਨਹੀਂ ਬਿਲੋਂਗ ਕਰਦੇ ਹੈਗੇ ਇਹ ਧੱਕੇ ਨਾਲ ਥੋਪਿਆ ਜਾ ਰਿਹਾ ਹੈ ਇਹ ਕੰਟਰੀਆਂ ਇਹ ਚੀਜ਼ ਨੂੰ ਵਧਾਵਾ ਦੇ ਰਹੀਆਂ ਨੇ ਸੋ ਨੂੰ ਪਤਾ ਹੋਣਾ ਚਾਹੀਦਾ ਹੈ ਸ਼ੀਸ ਬਾਰੇ ਸੋ ਚਲੋ ਇੰਨੀ ਗੱਲ ਕਹਿੰਦਾ ਹੋਇਆ ਹਣਾ ਮੈਂ ਵਿਦਾ ਲੈਣਾ ਤੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਤਿ ਸ਼੍ਰੀ ਅਕਾਲ